ਮੋਗਾ ਨਗਰ ਨਿਗਮ ਦੇ ਵਿੱਚ ਲੰਬੀ ਲੰਬੀ ਲਾਈਨ ਲੱਗੀ ਇਹ ਉਹਨਾਂ ਲੋਕਾਂ ਦੀ ਹੈ ਜਿਹੜੇ ਸਰਕਾਰੀ ਨੌਕਰੀ ਲੈਣ ਵਾਸਤੇ ਮੋਗਾ ਨਗਰ ਨਿਗਮ ਦੇ ਵਿੱਚ ਪਹੁੰਚੇ ਨੇ। ਫਿਰ ਸਾਡੀਆਂ ਸਰਕਾਰਾਂ ਨੂੰ ਥੋੜ੍ਹਾ ਜਿਹਾ ਜਾਗਰੂਕ ਕਰਨਾ ਕਿ ਅਸੀਂ ਹੈਗੇ ਹਾਂ, ਅਸੀਂ ਪੜ੍ਹੇ ਲਿਖੇ ਬੇਰੁਜ਼ਗਾਰ ਫਿਰ ਰਹੇ ਹਾਂ, ਐਟਲੀਸਟ ਸਾਡੇ ਵੱਲ ਧਿਆਨ ਦਿੱਤਾ ਜਾਵੇ। ਵੋਟਾਂ ਪਈਆਂ ਸੀਗੀਆਂ ਕਿ ਸਾਨੂੰ ਮਤਲਬ ਕਿ ਬੇਰੁਜ਼ਗਾਰਾਂ ਨੂੰ ਫਸਟ ਆਫ ਆਲ ਇਹ ਜਿਹੜੇ ਹੈਗੇ ਰੁਜ਼ਗਾਰ ਦੇਣਗੇ, ਅਤੇ ਇਹਨਾਂ ਨੇ ਇਹ ਕਹਿ ਕੇ ਵੀ ਇਸੇ ਸੱਤਾ 'ਚ ਆਏ ਸੀਗੇ ਕਿ ਅਸੀਂ ਪਹਿਲਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ, ਪਰ ਕਿਸੇ ਨੇ ਸੁਣਿਆ ਹੀ ਨਹੀਂ ਸਾਡੇ ਬਾਰੇ। ਪਲੱਸ ਵਨ ਤੋਂ ਲੈ ਕੇ MSc BEd ਤੱਕ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਦਿਓਣ ਬਠਿੰਡਾ ਤੋਂ ਸਟੱਡੀ ਕੀਤੀ ਆ, ਪਰ ਮੁੱਲ ਲਾਭ ਮਿਲ ਰਿਹਾ ਗਾ ਲਾਈਨਾਂ 'ਚ ਲੱਗ ਕੇ। ਮੋਗਾ ਨਗਰ ਨਿਗਮ ਦੇ ਵਿੱਚ ਲੰਬੀ ਲੰਬੀ ਲਾਈਨ ਲੱਗੀ ਇਹ ਉਹਨਾਂ ਲੋਕਾਂ ਦੀ ਹੈ ਜਿਹੜੇ ਸਰਕਾਰੀ ਨੌਕਰੀ ਲੈਣ ਵਾਸਤੇ ਮੋਗਾ ਨਗਰ ਨਿਗਮ ਦੇ ਵਿੱਚ ਪਹੁੰਚੇ ਨੇ। ਮੋਗਾ ਨਗਰ ਨਿਗਮ ਦੇ ਵਿੱਚ 48 ਪੋਸਟਾਂ ਬੇਲਦਾਰ ਦੀਆਂ ਨਿਕਲੀਆਂ ਨੇ, ਜਿਹਦੇ ਵਾਸਤੇ ਪੰਜਾਬ ਭਰ ਦੇ ਵਿੱਚੋਂ ਦੂਰੋਂ ਦੂਰੋਂ ਜਿਹੜੇ ਨੌਜਵਾਨ ਹੈ ਲੜਕੇ ਲੜਕੀਆਂ ਪਹੁੰਚੇ ਨੇ, ਜਿਹਦੀ ਯੋਗਤਾ ਰੱਖੀ ਗਈ ਹੈ 8ਵੀਂ ਪਾਸ ਜਿਹੜਾ ਵੀ ਹੈ ਸਟੂਡੈਂਟ ਉਹ ਅਪਲਾਈ ਕਰ ਸਕਦਾ। ਅਗਰ SC ਦੀ ਗੱਲ ਕੀਤੀ ਜਾਵੇ ਤਾਂ 42 ਸਾਲ ਦੀ ਉਮਰ ਤੱਕ ਅਪਲਾਈ ਕਰ ਸਕਦਾ, ਅਗਰ ਜਨਰਲ ਕੈਟਾਗਰੀ ਦੀ ਗੱਲ ਕੀਤੀ ਜਾਵੇ ਤਾਂ 37 ਸਾਲ ਦੀ ਉਮਰ ਤੱਕ ਅਪਲਾਈ ਕਰ ਸਕਦੇ ਆ। ਇਹ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ, ਪੰਜਾਬ ਭਰ ਤੋਂ ਲੋਕ ਇੱਥੇ ਪਹੁੰਚੇ ਨੇ ਸਰਕਾਰੀ ਨੌਕਰੀ ਲੈਣ ਲਈ, ਬੇਲਦਾਰ ਦੀ ਨੌਕਰੀ ਲੈਣ ਲਈ। ਇੱਕ ਬੇਲਦਾਰ ਦੀ ਨੌਕਰੀ ਲੈਣ ਲਈ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ, 48 ਦੇ ਕਰੀਬ ਜਿਹੜੀਆਂ ਪੋਸਟਾਂ ਮੋਗਾ ਨਗਰ ਨਿਗਮ ਦੇ ਵਿੱਚ ਨਿਕਲੀਆਂ। ਔਰ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਐਜੂਕੇਸ਼ਨ ਦੀ, BA ਔਰ BA ਤੋਂ ਉੱਪਰ ਕਈ ਡਿਗਰੀਆਂ ਲੈ ਚੁੱਕੇ ਜਿਹੜੇ ਸਟੂਡੈਂਟ ਆ ਉਹ ਵੀ ਇੱਥੇ ਪਹੁੰਚੇ ਨੇ ਸਿਰਫ ਬੇਲਦਾਰ ਦੀ ਨੌਕਰੀ ਕਰਨ ਲਈ। ਇਹਨਾਂ ਨਾਲ ਗੱਲ ਕਰ ਲੈਂਦੇ ਹਾਂ। ਵੀਰ, ਤੁਸੀਂ ਕਿੱਥੋਂ ਆਏ ਹੋ? ਗੁਲਾਡੀ ਪਿੰਡ। ਗੁਲਾਡੀ ਪਿੰਡ ਕਿੱਥੇ? ਸੰਗਰੂਰ ਜ਼ਿਲ੍ਹਾ। ਸੰਗਰੂਰ ਜ਼ਿਲ੍ਹੇ ਤੋਂ ਆਏ ਹੋ, ਕਿੰਨਾ ਪੜ੍ਹੇ ਹੋ ਤੁਸੀਂ? ਮੇਰੀ BA 3rd year ਚੱਲ ਰਹੀ ਹੈ। BA 3rd year 'ਚ ਹੈ। ਇੱਥੇ ਤੁਸੀਂ ਬੇਲਦਾਰ ਦੀ ਨੌਕਰੀ ਵਾਸਤੇ ਆਏ ਹੋ? ਆਏਗੇ ਜੀ। ਕੀ ਲੱਗ ਕੀ ਰਿਹਾ, ਬੇਲਦਾਰ ਦੀ ਨੌਕਰੀ ਮਿਲ ਜਾਏਗੀ? ਐਕਸਪੀਰੀਅੰਸ ਹੈ ਕੋਈ? ਹੋਏ ਐਕਸਪੀਰੀਅੰਸ ਨਹੀਂ ਹੋਏ, ਮੈਨੂੰ ਤਾਂ ਲੱਗਦਾ ਨਹੀਂ ਮਿਲੇਗੀ। ਕੋਈ ਐਕਸਪੀਰੀਅੰਸ ਨਹੀਂ ਹੈ? ਸਰਕਾਰੀ ਨੌਕਰੀ ਕਰਕੇ ਤੁਸੀਂ ਲੈਣ ਆਏ ਹੋ ਉੱਥੇ? 8ਵੀਂ ਪਾਸ ਹੈ, ਚਲੋ ਮਿਲ ਜਾਏਗੀ। ਹਾਂ, ਮਿਲ ਜਾਏਗੀ, ਨੂੰ ਇਹ ਸੋਚਿਆ ਹੈ ਸਾਰ। ਅੱਛਾ, ਆਪਕੋ ਪਤਾ ਹੈ ਕਿ ਬੇਲਦਾਰ ਕੀ ਨੌਕਰੀ ਕਿਆ ਹੈ, ਕਿਆ ਕਰਨਾ ਹੋਤਾ ਬੇਲਦਾਰ? ਬੇਲਦਾਰ ਮੈਂ ਚੋਰੀ ਚਾਰੀ ਫੜਨੀ ਹੋਵੇ ਪਾਣੀ ਕੀ, ਮੈਂ ਕੋਈ ਕਰਨ ਲੱਗ ਰਿਹਾ, ਨੂੰ ਕਰਨ ਲੱਗ ਰਿਹਾ ਪਾਣੀ ਕੀ ਹੋਵੇ ਮੈਂ। ਬੇਲਦਾਰ ਦੀ ਨੌਕਰੀ ਨਗਰ ਨਿਗਮ 'ਚ ਕਰਨੀ ਹੈ ਤਾਂ ਤੁਹਾਨੂੰ ਗਲੀਆਂ ਮੁਹੱਲਿਆਂ 'ਚ ਜਾ ਕੇ ਜਿੱਥੇ ਪਾਈਪ ਲੀਕ ਕਰਦੀ ਹੈ, ਕੋਈ ਸੀਵਰੇਜ ਦੀ ਪਾਈਪ ਲੀਕ ਕਰਦੀ ਹੈ, ਉਹਨੂੰ ਦੇਖਣਾ ਪਏਗਾ। ਕਈ ਵਾਰ ਪਟਾਈ ਵੀ ਕਰਨੀ ਪੈ ਸਕਦੀ ਹੈ। ਹਾਂਜੀ, ਇਹ ਸਾਰਾ ਕੁਝ ਕਰ ਲਓਗੇ? ਕਰ ਲਿਆ। ਇਹ ਨੌਜਵਾਨ ਨੇ ਜਿਹੜਾ ਬੇਲਦਾਰ ਦੀ ਨੌਕਰੀ ਕਰਨ ਲਈ ਤਿਆਰ ਨੇ, ਤੁਸੀਂ ਵੀਰ ਕਿੱਥੋਂ ਆਏ ਹੋ? ਮੈਂ ਵੀ ਇਹਦੇ ਪਿੰਡ ਦਾ ਜੀ, ਗੁਲਾਡੀ ਦਾ। ਤੁਸੀਂ ਗੁਲਾਡੀ ਤੋਂ? ਗੁਲਾਡੀ ਤੋਂ ਜੀ। ਕਿੰਨਾ ਪੜ੍ਹੇ ਹੋ ਤੁਸੀਂ? ਮੈਂ BA ਕਰ ਲਈ, ETT ਕਰ ਲਈ। ETT ਵੀ ਕਰ ਲਈ? ਹਾਂਜੀ, ਕਰ ਗਏ ETT ਮੈਂ। ਅਤੇ ਕੋਈ ਨੌਕਰੀ ਨਹੀਂ ਮਿਲੀ? ਔਰ ਨਾ ਜੀ, ਹਾਲੇ ਤੱਕ ਕੁਛ ਨਹੀਂ ਮਿਲਿਆ। ਅਤੇ ਹੁਣ ਬੇਲਦਾਰ ਦੀ ਨੌਕਰੀ ਵਾਸਤੇ? ਹਾਂਜੀ, ਬੇਲਦਾਰ ਦੀ ਨੌਕਰੀ ਵਾਸਤੇ ਆਇਆ ਸੀ ਇੱਥੇ। ਕਿੰਨੀ ਦੇਰ ਤੋਂ ਲਾਈਨ 'ਚ ਖੜੇ ਹੋ? ਲਾਈਨ 'ਚ ਮੈਂ  1-2 ਘੰਟੇ ਹਾਰੇ ਹੋ ਗਏ ਖੜਿਆ ਲਾਈਨ 'ਚ। ਅਸੀਂ ਕੋਈ ਹਾਲੇ ਵੀ ਨਹੀਂ ਲੱਗਦਾ ਸਾਡਾ ਨੰਬਰ ਆਊਗਾ। ਤੁਹਾਨੂੰ ਲੱਗ ਰਿਹਾ ਕਿ 48 ਪੋਸਟਾਂ ਕੱਟੀਆਂ ਗਈਆਂ ਅਤੇ ਉਹਦੇ ਵਿੱਚ 5000 ਦੇ ਕਰੀਬ ਜਿਹੜੇ ਅਪਲਾਈ ਹੋ ਚੁੱਕੇ ਆ, ਅਤੇ ਮਿਲ ਜਾਏਗੀ ਨੌਕਰੀ? ਹੈ, ਮੁਸ਼ਕਲ ਹੈ ਜੀ ਇਹਦਾ। ਕੋਈ ਐਕਸਪੀਰੀਅੰਸ ਹੈ ਪਹਿਲਾਂ? ਨਾ, ਕੋਈ ਐਕਸਪੀਰੀਅੰਸ ਨਹੀਂ ਹੈਗਾ ਜੀ ਸਾਡੇ ਕੋਲ। ਇਹ ਪਤਾ ਬੇਲਦਾਰ ਦਾ ਕੰਮ ਕੀ ਹੈ? ਹਾਂਜੀ, ਪਤਾ ਹੈਗਾ ਬੇਲਦਾਰ ਦਾ ਕੰਮ ਤਾਂ ਕੀ ਹੈ। ਕੀ ਕੰਮ ਹੈ ਬੇਲਦਾਰ ਦਾ? ਜਿਹੜੇ ਗਲੀ ਮੁਹੱਲਿਆਂ 'ਚ ਜਾ ਕੇ ਜਿਹੜੀ ਪਾਈਪਾਂ ਲੀਕ ਹੁੰਦੀ ਆ ਉਹਨਾਂ ਦਾ ਪਤਾ ਕਰਨਾ, ਦੇ ਸਾਰਾ ਮਤਲਬ ਜੋ ਕੁਛ ਵੀ ਹੁੰਦਾ ਨਗਰ ਨਿਗਮ 'ਚ ਕੰਮ, ਉਹ ਸਾਰਾ ਅਸੀਂ ਪਤਾ ਤਾਂ ਹੈ ਕਿ ਕਰਨਾ ਕੀ ਹੈ। ਫਿਰ ਲੱਗਦਾ ਨਹੀਂ ਹੁਣ ਬੇਲਦਾਰ ਦੀ ਨੌਕਰੀ ਮਿਲੂਗੀ। ਅਸੀਂ ਕੱਲ੍ਹ ਦੇ ਚੱਲੇ ਸੀ, 2 ਦਿਨ ਹੋ ਗਏ, ਅੱਜ ਦਾ ਵੀ ਅਸੀਂ ਰਾਤ ਇੱਥੇ ਲੱਗਣੀ ਹੈ ਸਾਡੀ। ਕੋਈ ਪਤਾ ਨਹੀਂ ਸਾਡਾ ਫਾਰਮ ਜਮ੍ਹਾਂ ਹੋਣਾ ਨਾ ਹੋਣਾ, ਇਹਦੇ ਵੀ ਕੋਈ ਪਤਾ ਨਹੀਂ।
ਤੁਸੀਂ ਕਹਿੰਦੇ ਹੋ ਗ੍ਰੈਜੂਏਸ਼ਨ ਕੀਤੀ ਹੈ, ਈ ਟੀ ਡੀ ਕੀਤੀ ਹੈ ਅਤੇ ਕੋਈ ਹੋਰ ਨੌਕਰੀ ਨਹੀਂ ਮਿਲੀ? ਨਾ ਨਾ ਜੀ, ਕੋਈ ਨੌਕਰੀ ਨਹੀਂ ਮਿਲੀ ਹਾਲੇ ਤੱਕ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਇਹ ਲੋਕ ਨੇ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਔਰ ਬੇਲਦਾਰ ਦੀ ਨੌਕਰੀ ਵਾਸਤੇ ਆਏ ਨੇ। ਹੋਰ ਪਿੱਛੇ ਚੱਲਦੇ ਹਾਂ ਕਿਉਂਕਿ ਜਿੰਨੀ ਦੂਰ ਤੱਕ ਚੱਲੇ ਜਾਓ ਅਤੇ ਉੱਨੀ ਦੂਰ ਤੱਕ ਲਾਈਨਾਂ ਲੱਗੀਆਂ ਹੋਈਆਂ। ਹਜਿੰਦਰ ਬਹੁਤ ਲਾਈਨਾਂ ਲੱਗੀਆਂ ਹੋਈਆਂ, ਉਹਨਾਂ ਨਾਲ ਵੀ ਗੱਲ ਕਰ ਲਾਂਗੇ ਕੀ ਕਹਿਣਾ। ਵੀਰ, ਤੁਸੀਂ ਕਿੱਥੋਂ ਆਏ ਹੋ, ਕੋਈ ਦੱਸ ਸਕਦਾ ਕਿਹੜੀ ਜਗ੍ਹਾ ਤੋਂ ਆਏ ਹੋ? ਫਿਰੋਜ਼ਪੁਰ ਤੋਂ। ਫਿਰੋਜ਼ਪੁਰ ਤੋਂ ਬੇਲਦਾਰ ਦੀ ਨੌਕਰੀ ਵਾਸਤੇ? ਹਾਂਜੀ। ਕਿੰਨਾ ਪੜ੍ਹੇ ਹੋ ਤੁਸੀਂ? ਪਲੱਸ ਟੂ ਤੋਂ ਪਲੱਸ ਕੀਤੀ, ਪਲੱਸ ਟੂ ਕਰਕੇ ਅਤੇ ਕੀ ਸਾਦੇ ਆ ਡਿਪਲੋਮਾ ਕੀਤਾ ਕੰਪਿਊਟਰ ਦਾ। ਕੰਪਿਊਟਰ ਦਾ ਡਿਪਲੋਮਾ? ਹਾਂਜੀ। ਅਤੇ ਤੁਹਾਨੂੰ ਪਤਾ ਬੇਲਦਾਰ ਦਾ ਕੰਮ ਕੀ ਹੁੰਦਾ? ਹਾਂਜੀ। ਕੀ ਕੰਮ ਹੁੰਦਾ ਬੇਲਦਾਰ ਦਾ? ਘਰੇ ਪੋਸਟ ਭਰਾਂਗੇ ਤਾਂ ਉਹਨਾਂ ਦਾ ਪਤਾ ਲੱਗੂਗਾ। ਜੋ ਵੀ ਮਤਲਬ ਕਿ ਇੱਕ ਸਰਕਾਰੀ ਨੌਕਰੀ ਵਾਸਤੇ ਆਏ ਹੋ, ਤੁਹਾਨੂੰ ਸਰਕਾਰੀ ਨੌਕਰੀ ਮਿਲ ਜੂਗੀ? ਹਾਂਜੀ, ਸਰਕਾਰੀ ਨੌਕਰੀ। ਬਿਲਕੁਲ, ਸਰਕਾਰੀ ਨੌਕਰੀ ਮਿਲ ਜਾਏਗੀ, ਉਹਦੇ ਵਾਸਤੇ ਆਇਆ। ਇਹ ਵੀ ਕਹਿਣਾ ਹੈ ਕਿ ਜੋ ਵੀ ਕੰਮ ਹੋਏਗਾ ਨਗਰ ਨਿਗਮ ਦਾ ਉਹ ਕਰਾਂਗੇ, ਲੇਕਿਨ ਸਰਕਾਰੀ ਨੌਕਰੀ ਹੈ ਇਸ ਕਰਕੇ ਅਸੀਂ ਬੇਲਦਾਰ ਦੀ ਨੌਕਰੀ ਵਾਸਤੇ ਆਏ ਹਾਂ। ਵੀਰ ਜੀ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਬਠਿੰਡਾ। ਬਠਿੰਡਾ ਤੋਂ ਆਏ ਹੋ ਬੇਲਦਾਰ ਦੀ ਨੌਕਰੀ ਵਾਸਤੇ? ਮੈਂ ਫੋਰਮ ਭਰਨਾ ਹੈ ਕਿਸੇ ਦਾ ਫਾਰਮ। ਅੱਛਾ, ਤੁਸੀਂ ਕਿਸੇ ਦੇ ਨਾਲ ਆਏ? ਕੌਣ ਨੇ ਤੁਹਾਡੇ ਰਿਸ਼ਤੇਦਾਰ ਨੇ? ਕੌਣ ਨੇ? ਮੇਰਾ ਦੋਸਤ ਹੈ। ਨਾਲ ਹੀ ਤੁਹਾਡੇ? ਤੁਸੀਂ ਵੀਰ ਜੀ ਕਿੱਥੋਂ ਆਏ ਹੋ? ਤੁਸੀਂ ਵੀ ਆਪ ਭਰਨਾ ਆਏ ਹੋ ਕਿ ਦੋਸਤ ਹੈ ਨਾਲ ਕੋਈ? ਨਹੀਂ, ਆਪ ਹੀ ਭਰਨਾ ਹੈ ਜੀ ਫਾਰਮ। ਕਿਹੜੀ ਜਗ੍ਹਾ ਤੋਂ ਆਏ ਹੋ? ਬਰਨਾਲੇ ਤੋਂ ਆਏ ਹਾਂ। ਬਰਨਾਲੇ ਤੋਂ ਆਏ ਹੋ ਬੇਲਦਾਰ ਦੀ ਨੌਕਰੀ ਵਾਸਤੇ? ਹਾਂਜੀ। ਕਿੰਨਾ ਪੜ੍ਹੇ ਹੋ? ਮੈਂ ਹੈਗਾ ਜੀ, ਗ੍ਰੈਜੂਏਸ਼ਨ ਹੋ ਚੁੱਕੀ ਹੈ, ਬਟ ਟਰਾਈ ਕਰ ਰਹੇ ਹਾਂ। ਗ੍ਰੈਜੂਏਸ਼ਨ ਕਿਹੜੀ ਸਟ੍ਰੀਮ 'ਚ ਕੀਤੀ ਹੈ ਤੁਸੀਂ? ਬੀਏ ਕੀਤੀ ਹੈ। ਬੀਏ ਕੀਤੀ ਹੈ? ਹਾਂਜੀ। ਹੋਰ ਵੀ ਕਿਤੇ ਟਰਾਈ ਕੀਤਾ ਹੈ? ਵੈਸੇ ਦੂਸਰੇ ਵੀ ਮਤਲਬ ਕਿ ਐਗਜ਼ਾਮ ਦੇ ਰਹੇ ਹਾਂਗੇ, ਸਰਕਾਰੀ ਜਿਹਨੇ ਵੀ ਆ ਰਹੇ ਨੇ, ਉੱਧਰ ਵੀ ਮਤਲਬ ਕਿ ਫਾਦਾ ਟਰਾਈ ਕਰ ਰਹੇ ਹਾਂਗੇ। ਜ਼ਿਆਦਾ ਇੱਛਾ ਸਰਕਾਰੀ ਨੌਕਰੀ ਦੀ ਰੱਖਦੇ ਹੋ? ਹਾਂ, ਜ਼ਿਆਦਾ ਤਾਂ ਸਰਕਾਰੀ ਦੀ ਹੈ ਜੀ। ਤੁਹਾਨੂੰ ਪਤਾ ਬੇਲਦਾਰ ਦਾ ਕੰਮ ਕੀ ਹੈ? ਵੈਸੇ ਇੰਨਾ ਤਾਂ ਨਹੀਂ, ਵੈਸੇ ਸੁਣਿਆ ਹੈਗਾ ਵੀ ਜ਼ਿਆਦਾਤਰ ਸੜਕਾਂ ਦਾ ਕੰਮ ਵੀ ਦੇਖਦੇ ਨੇਗੇ, ਇੰਨਾ ਕੀ ਮਤਲਬ ਕਿ ਪਤਾ ਸਾਨੂੰ ਬੇਲਦਾਰ ਬਾਰੇ, ਜ਼ਿਆਦਾ ਕੁਛ ਨਹੀਂ ਪਤਾ ਹੈਗਾ। ਫਿਰ ਸਾਡੀਆਂ ਸਰਕਾਰਾਂ ਨੂੰ ਥੋੜਾ ਜਿਹਾ ਜਾਗਰੂਕ ਕਰਨਾ ਕਿ ਅਸੀਂ ਹੈਗੇ ਹਾਂ, ਅਸੀਂ ਪੜ੍ਹੇ ਲਿਖੇ ਬੇਰੁਜ਼ਗਾਰ ਫਿਰ ਰਹੇ ਹਾਂ, ਐਟਲੀਸਟ ਸਾਡੇ ਵੱਲ ਧਿਆਨ ਦਿੱਤਾ ਜਾਵੇ। ਲੱਗ ਰਿਹਾ ਕਿ ਇਹ ਜਿਹੜੀ ਨੌਕਰੀ ਹੈ ਬੇਲਦਾਰ ਦੀ ਤੁਹਾਡੇ ਲਈ ਠੀਕ ਹੈ? ਸਰ, ਬਿਲਕੁਲ ਵੀ ਨਹੀਂ। ਜਿਸ ਹਿਸਾਬ ਨਾਲ ਮੇਰੀ ਕੁਆਲੀਫਿਕੇਸ਼ਨ ਹੈ, MSc BEd CTET PTET ਕੁਆਲੀਫਾਈਡ ਐਂਡ ਨਾਓ ਪ੍ਰਪੇਰਿੰਗ ਫਾਰ ਮਾਸਟਰ ਕੈਡਰ ਆਫ ਇੰਗਲਿਸ਼, ਉਹਦੇ ਲਈ ਤਾਂ ਬਿਲਕੁਲ ਵੀ ਜਸਟਿਸ ਨਹੀਂ ਹੈਗਾ ਕਿਸੇ ਤਰੀਕੇ ਦਾ ਵੀ। ਤੁਸੀਂ ਹੋਰ ਕਿਤੇ ਜਗ੍ਹਾ 'ਤੇ ਟਰਾਈ ਨਹੀਂ ਕੀਤਾ? ਸਰ, ਗੌਰਮੈਂਟ ਜੋਬ ਲਈ ਟਰਾਈ ਕਰਦੇ ਹਾਂ, ਫਿਲਹਾਲ ਕੋਈ ਪੋਸਟ ਹੀ ਨਹੀਂ ਦੇ ਰਹੀ ਸਰਕਾਰ। ਅਸੀਂ ਭਗਵੰਤ ਮਾਨ ਨੂੰ ਇੰਨੀ ਐਕਸਪੈਕਟੇਸ਼ਨਸ ਨਾਲ ਜਿਹੜਾ ਹੈਗਾ ਗਾ ਵੋਟਾਂ ਪਾਈਆਂ ਸੀਗੀਆਂ ਕਿ ਸਾਨੂੰ ਮਤਲਬ ਕਿ ਬੇਰੁਜ਼ਗਾਰਾਂ ਨੂੰ ਫਸਟ ਆਫ ਆਲ ਇਹ ਜਿਹੜੇ ਹੈਗੇ ਰੁਜ਼ਗਾਰ ਦੇਣਗੇ, ਅਤੇ ਇਹਨਾਂ ਨੇ ਇਹ ਕਹਿ ਕੇ ਵੀ ਇਸੇ ਸੱਤਾ 'ਚ ਆਏ ਸੀਗੇ ਕਿ ਅਸੀਂ ਪਹਿਲਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ, ਪਰ ਕਿਸੇ ਨੇ ਸੁਣਿਆ ਹੀ ਨਹੀਂ ਸਾਡੇ ਬਾਰੇ, ਸੋਚਿਆ ਵੀ ਨਹੀਂ। ਮੋਗਾ ਨਗਰ ਨਿਗਮ ਦੇ ਵਿੱਚ ਕਿਉਂ ਆਏ ਹੋ? ਉੱਥੇ ਜਿਹੜੀ ਜਗ੍ਹਾ ਤੁਸੀਂ ਰਹਿੰਦੇ ਹੋ ਉੱਥੋਂ ਹੀ ਮਿਲਦੀਆਂ ਨੌਕਰੀ? ਕਿਉਂਕਿ ਸਰ, ਇੱਥੇ ਇਹਨਾਂ ਨੇ ਮਤਲਬ 48 ਪੋਸਟਸ ਉਹ ਵੀ ਇੱਥੇ ਹੀ ਕੱਢੀਆਂ ਸੀਗੀਆਂ, ਅਤੇ ਅਸੀਂ ਸਵੇਰ ਦੇ ਚੱਲੇ ਹੋਏ ਹਾਂਗੇ, 6 ਵਜੇ ਦੇ ਚੱਲੇ ਹੋਏ ਹਾਂ ਅਸੀਂ ਬੱਸਾਂ 'ਤੇ, ਧੱਕੇ ਖਾਂਦੇ ਅਸੀਂ ਹੁਣ ਇੱਥੇ ਪਹੁੰਚੇ ਹਾਂ ਭੁੱਖੇ ਅਤੇ ਹਾਈ। ਤੁਹਾਨੂੰ ਪਤਾ ਬੇਲਦਾਰ ਦਾ ਕੰਮ ਕੀ ਹੁੰਦਾ? ਸਰ, ਨਹੀਂ, ਮੈਨੂੰ ਸਿਰਫ ਆਪਣੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਕੰਮ ਪਤਾ ਵਾ ਕਿ ਮੈਂ ਜੇ ਟੀਚ ਕਰੂੰਗੀ ਤਾਂ ਮੈਂ ਹਾਊ ਟੂ ਟੀਚ ਦ ਸਟੂਡੈਂਟਸ, ਮੈਨੂੰ ਇਹ ਬੇਲਦਾਰ ਬਾਰੇ ਕੁਛ ਨਹੀਂ ਪਤਾ। ਪਰ ਬੇਲਦਾਰ ਦੀ ਨੌਕਰੀ ਦੇ ਵਿੱਚ ਤਾਂ ਜਿਹੜੀਆਂ ਗਲੀਆਂ ਦੇ ਵਿੱਚ ਕੋਈ ਪਾਈਪ ਲੀਕ ਕਰਦੀ ਹੈ ਜਾਂ ਕਿਤੇ ਸੀਵਰੇਜ ਪੱਟਣਾ, ਇਸ ਤਰ੍ਹਾਂ ਦੇ ਕੰਮ ਹੈ, ਕਰ ਲਓਗੇ ਤੁਸੀਂ ਇਸ ਤਰ੍ਹਾਂ ਦੇ ਕੰਮ? ਸਰ, ਫਿਰ ਜੇ ਮਜਬੂਰੀ ਦੇ ਵਿੱਚ ਸਾਰਾ ਕੁਛ ਹੀ ਕਰਨਾ ਪੈਂਦਾ, ਬਾਹਰ ਜਾ ਕੇ ਵੀ ਤਾਂ ਆਪਾਂ ਹੀ ਕੁਛ ਕਰਦੇ ਹਾਂ, ਜੇ ਫਿਰ ਆਪਣੇ ਇੰਡੀਆ 'ਚ ਚਲੋ ਜੇ ਮਿਲਦੀ ਆ ਇਨ ਐਨੀ ਕੇਸ ਸਾਨੂੰ ਜੋਬ ਮਿਲਦੀ ਆ ਤਾਂ ਅਸੀਂ ਇਹ ਵੀ ਕਰ ਲਾਂਗੇ। ਕਿੰਨਾ ਪੜ੍ਹਾਈ ਦਾ ਖਰਚਾ ਹੋ ਗਿਆ ਜਿਹੜੀ ਪੜ੍ਹਾਈ ਕਰ ਚੁੱਕੇ? ਸਰ, ਅਪਰੋਕਸੀਮੇਟਲੀ 15 ਲੱਖ ਰੁਪੀਜ਼।
ਮੈਂ ਪਲੱਸ ਵਨ ਪਹਿਲਾਂ ਆਪਣਾ ਨਰਸਰੀ ਤੋਂ ਲੈ ਕੇ ਟੈਂਥ ਤੱਕ ਮੈਂ ਮਤਲਬ ਕਿ ਇੰਗਲਿਸ਼ ਸਕੂਲ ਦੇ ਵਿੱਚ ਕੁਆਲੀਫਿਕੇਸ਼ਨ ਲਈ, ਆਫਟਰ ਦੈਟ ਮੈਂ ਪਲੱਸ ਵਨ ਤੋਂ ਲੈ ਕੇ MSc BEd ਤੱਕ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਦਿਓਨ ਬਠਿੰਡਾ ਤੋਂ ਸਟੱਡੀ ਕੀਤੀ ਆ, ਪਰ ਮੈਨੂੰ ਲਾਭ ਮਿਲ ਰਿਹਾ ਲਾਈਨਾਂ 'ਚ ਲੱਗ ਕੇ। ਹੋਰ ਵੀ ਟਰਾਈ ਕੀਤਾ ਜੋਬ ਸਰ? ਨਹੀਂ, ਬਸ ਮੈਂ ਮੇਰੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਜੋਬ ਹੀ ਨਹੀਂ ਆ ਰਹੀ ਸਰ, ਮਾਸਟਰ ਕੈਡਰੀ ਨਹੀਂ ਕੱਢ ਰਹੇ ਮੈਨੂੰ। ਮਾਸਟਰ ਕੈਡਰੀ ਜੇ ਆਊਗਾ ਤਾਂ ਹੀ ਮੈਂ ਜੋਬ ਅਪਲਾਈ ਕਰ ਸਕਦੀ ਹਾਂ। ਉਮੀਦ ਹੈ ਕਿ ਜੋਬ ਮਿਲੇਗੀ? ਹੋਪ ਸੋ। ਐਕਸਪੀਰੀਅੰਸ ਹੈ ਕੋਈ ਬਿਲਦਾ ਹੋਗਾ ਜੀ? ਨਹੀਂ। ਨਾਮ ਅਮਰੀਕ ਦਾ? ਅਮਰੀਕ ਸਿੰਘ। ਅਮਿਤ ਕਿੱਥੋਂ ਆਏ ਹੋ ਤੁਸੀਂ? ਅਸੀਂ ਬਰਨਾਲੇ ਤੋਂ। ਕਾਹਦੀ ਪੋਸਟ ਵਾਸਤੇ ਆਏ? ਬੇਲਦਾ ਦੀ ਪੋਸਟ ਵਾਸਤੇ। ਬੇਲਦਾ ਦੀ ਪੋਸਟ ਲਈ ਐਲੀਜੀਬਿਲਟੀ 8ਵੀਂ ਬਾਅਦ ਹੈ, ਕਿੰਨਾ ਪੜ੍ਹੇ ਹੋ? ਮੈਂ ਗ੍ਰੈਜੂਏਟ ਹਾਂ ਸਰ। ਗ੍ਰੈਜੂਏਟ ਕੀਤੀ? ਹਾਂਜੀ। ਅਤੇ ਇੰਨੀ ਦੂਰੋਂ ਤੁਸੀਂ ਇੱਥੇ ਹੀ ਕਿਉਂ ਆਏ ਹੋ ਨੌਕਰੀ ਲਈ? ਨੌਕਰੀ ਲਈ ਸਰ ਫਿਰ ਜਦੋਂ ਮਿਲ ਨਹੀਂ ਰਹੀ ਤਾਂ ਇੱਥੇ ਆਉਣੀ ਪੈਣਾ। ਡਿਸਟ੍ਰਿਕਟ ਜਾਂ ਕਿਤੇ ਵੀ ਆ ਸਕਦੇ ਹਾਂ ਸਟੇਟ 'ਚ। ਕੋਈ ਪਹਿਲਾਂ ਐਕਸਪੀਰੀਅੰਸ ਹੈਗਾ ਤੁਹਾਡੇ ਕੋਲ ਬੇਲਦਾਰ ਦਾ? ਨਹੀਂ ਸਰ, ਕੋਈ ਐਕਸਪੀਰੀਅੰਸ ਨਹੀਂ ਹੈਗਾ। ਅਤੇ ਤੁਹਾਨੂੰ ਪਤਾ ਕਿ ਬੇਲਦਾਰ ਦਾ ਕੰਮ ਕੀ ਹੈਗਾ ਇੱਥੇ ਨਗਰ ਨਿਗਮ ਦਾ? ਫਿਰ ਵੀ ਅਪਲਾਈ ਕਰਨਾ ਹੈ? ਚਲੋ ਫਿਰ ਤੁਹਾਨੂੰ ਪਤਾ ਹੀ ਸਰ ਕਿ ਹੁਣ ਪੋਸਟਾਂ ਆਈਆਂ ਨੇ, ਫਿਰ ਕਰਦੀ ਹੈ, ਠੀਕ ਹੈ। ਬੇਰੁਜ਼ਗਾਰੀ ਜ਼ਿਆਦਾ ਵੱਧ ਰਹੀ ਹੈ ਤਾਂ ਜਿੱਥੇ ਵੀ ਸਾਨੂੰ ਆਪਾਂ ਦੇ ਹੱਥ ਪੈ ਜਾਏ ਇੱਕ ਵਾਰ, ਠੀਕ ਹੈ ਨਾ। ਐਕਸਪੀਰੀਅੰਸ ਤਾਂ ਪੋਸਟਾਂ ਦਾ ਬਹੁਤ ਨੇ, ਕਿਸੇ ਵਾਸਤੇ ਆਪਾਂ ਨੂੰ ਨਹੀਂ ਹੁੰਦਾ, ਠੀਕ ਹੈ। ਇੱਕ ਵਾਰ ਜਦੋਂ ਪੋਸਟ ਭਰਾਂਗੇ ਤਾਂ ਉਹ ਤੋਂ ਬਾਅਦ ਫਿਰ ਨਾਲ ਜਾਣਕਾਰੀ ਲੈ ਲਾਂਗੇ, ਨੌਲੇਜ ਇਕੱਠੀ ਕਰ ਲਾਂਗੇ ਵੀ ਕਾਹਦੇ ਵਾਸਤੇ ਕੀ ਗੱਲਬਾਤ ਹੈਗੀ, ਸਾਰਾ ਪਤਾ ਲੱਗਿਆ। ਪਤਾ ਕਿੰਨੀਆਂ ਪੋਸਟਾਂ ਕੱਢੀਆਂ ਗਈਆਂ? 48 ਪੋਸਟਾਂ। ਪਤਾ ਪਹਿਲਾਂ ਬੇਲਦਾਰੇ 'ਤੇ ਕਿੰਨੇ ਕੰਮ ਕਰਦੇ ਤੁਹਾਨੂੰ? ਫਸਟ ਟਾਈਮ ਆਇਆ ਸਰ ਜੀ ਇੱਥੇ। ਮੇਰਾ ਨਾਮ ਰਿੰਪੀ ਹੈ, ਮੈਂ ਸੰਗਰੂਰ ਜ਼ਿਲ੍ਹੇ ਤੋਂ ਆਈ ਹਾਂ ਬੇਲਦਾਰ ਦੀ ਪੋਸਟ ਫਿਲ ਕਰਨ ਲਈ। ਕਿੰਨੀ ਐਜੂਕੇਸ਼ਨ ਕਿੰਨੀ ਹੈ ਤੁਹਾਡੀ? ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੋਈ ਹੈ। ਅਤੇ ਤੁਹਾਨੂੰ ਪਤਾ ਕਿ 8ਵੀਂ ਪਾਸ ਦੀ ਯੋਗਤਾ ਹੈਗੀ ਹੈ ਅਤੇ ਤੁਸੀਂ ਹੋਰ ਨੌਕਰੀ ਨਹੀਂ ਮਿਲੀ ਕਿਤੇ? ਹਾਂਜੀ। ਇੱਥੇ ਹੀ ਅਪਲਾਈ ਕਰਨ ਆਏ ਹੋ? ਹਾਂਜੀ। ਬੇਲਦਾਰ ਦੇ ਕੰਮ ਕੀ ਹੁੰਦੇ ਤੁਹਾਨੂੰ ਪਤਾ? ਹਾਂਜੀ। ਕਿੰਨੀ ਦੇਰ ਤੋਂ ਤੁਸੀਂ ਲਾਈਨ ਦੇ ਵਿੱਚ ਖੜ੍ਹੇ ਹੋ ਹੁਣ ਆਵੇਦਨ ਕਰਕੇ? ਮੈਂ ਅੱਧੇ ਘੰਟੇ ਤੋਂ। ਪਹਿਲਾਂ ਵੀ ਆਏ ਸੀ ਕਿ ਅੱਜ ਹੀ ਆਏ ਹੋ? ਅੱਜ ਹੀ ਆਏ ਹਾਂ। ਹਰਜੀਤ ਜੀ, ਨਗਰ ਨਿਗਮ ਵਿੱਚ ਬੇਲਦਾਰ ਦੀਆਂ ਪੋਸਟਾਂ ਕੱਢੀਆਂ ਗਈਆਂ, ਕਿੰਨੀਆਂ ਪੋਸਟਾਂ ਨੇ ਔਰ ਕੀ ਕ੍ਰਾਈਟੀਰੀਆ ਹੈ? ਨਗਰ ਨਿਗਮ ਬੇਲਦਾਰਾਂ ਦੀ ਸਿੱਧੀ ਭਰਤੀ ਰੱਖੀ ਗਈ ਹੈ ਜੀ, ਜਿਸ ਵਿੱਚ 48 ਪੋਸਟਾਂ ਨੇ ਔਰ ਇਹਨਾਂ ਜਿਹੜੀ ਇਹਨਾਂ ਦੀ ਐਲੀਜੀਬਿਲਟੀ ਹੈ ਜੀ ਉਹ 8ਵੀਂ ਪਾਸ ਹੈ। ਇਸ ਤੋਂ ਇਲਾਵਾ ਇੱਕ ਨਗਰ ਨਿਗਮ ਵੱਲੋਂ ਆਪਣੇ ਪੱਧਰ 'ਤੇ ਮਤਾ ਪਾਸ ਕੀਤਾ ਗਿਆ ਹੈ ਜਿਹਦੀ ਪ੍ਰਵਾਨਗੀ ਸਰਕਾਰ ਤੋਂ ਲਈ ਗਈ ਹੈ। ਉਹਦੇ ਵਿੱਚ ਜੀ ਜੋ ਸਾਡੇ ਕੋਲ ਪਹਿਲਾਂ ਬੇਲਦਾਰ ਕੰਮ ਕਰ ਰਹੇ ਨੇ, ਸਾਡੇ ਕੋਲ 32 ਦੇ ਕਰੀਬ ਇਸ ਟਾਈਮ ਬੇਲਦਾਰ ਕੰਮ ਕਰ ਰਹੇ ਜੀ, ਉਹਨਾਂ ਵਾਸਤੇ ਕਿ ਜਿੰਨੇ ਵੀ ਨਗਰ ਨਿਗਮਾਂ 'ਚ ਬੇਲਦਾਰ ਕੰਮ ਕਰਦੇ ਜੀ, ਕਿਸੇ ਵੀ ਨਗਰ ਨਿਗਮ, ਨਗਰ ਕੌਂਸਲ 'ਚ, ਕਿਸੇ ਵੀ ਸਰਕਾਰੀ ਅਰਧ ਸਰਕਾਰੀ ਮਹਿਕਮੇ 'ਚ ਕੋਈ ਵੀ ਬੇਲਦਾਰ ਜਿਹੜਾ ਕੰਮ ਕਰਦਾ ਜੀ, ਉਹਦੇ ਕੋਲ ਤਜਰਬੇ ਦੇ ਆਧਾਰ 'ਤੇ ਜੀ ਇਹਦੇ 'ਚ ਹੈਗਾ 3 ਤੋਂ 7 ਸਾਲ ਦੇ ਲਈ 10 ਨੰਬਰ ਹੈ ਜੀ, 7 ਤੋਂ 20 ਸਾਲ ਦੇ ਲਈ 15 ਨੰਬਰ ਹੈ ਜੀ, ਔਰ ਜਿਹੜੇ ਨਗਰ ਨਿਗਮਾਂ ਵਿੱਚ ਬੇਲਦਾਰ ਕੰਮ ਕਰ ਰਹੇ ਉਹਨਾਂ ਲਈ 5 ਨੰਬਰ ਐਕਸਟਰਾ ਜੀ। ਕਿੰਨੀਆਂ ਕੁ ਐਪਲੀਕੇਸ਼ਨ ਅੱਜ ਤੱਕ ਆ ਚੁੱਕੀਆਂ? ਕਿੰਨੀ ਤਰੀਕ ਤੱਕ ਅਪਲਾਈ ਕਰ ਸਕਦੇ? ਇਹ 1 ਜਨਵਰੀ ਤੱਕ ਆਪਾਂ ਅਪਲਾਈ ਕਰ ਸਕਦੇ ਹਾਂ ਜੀ। 3300 ਦੇ ਕਰੀਬ ਹੁਣ ਤੱਕ ਸਾਨੂੰ ਐਪਲੀਕੇਸ਼ਨ ਪ੍ਰਾਪਤ ਹੋ ਚੁੱਕੀਆਂ ਹਨ, ਬਾਕੀ ਤੁਹਾਡੇ ਮਤਲਬ ਇਸ ਵੇਲੇ ਅਜੇ ਵੀ ਲੋਕ ਕਤਾਰ 'ਚ ਲੱਗੇ ਹੋਏ ਆ। ਇਹ 1 ਜਨਵਰੀ ਤੱਕ ਜੀ। ਸਰ ਕੋਈ ਇਹ ਵੀ ਹੈ ਕਿ ਕਿਸੇ ਜ਼ਿਲ੍ਹੇ ਮੋਗਾ ਜਗ੍ਹਾ ਦੇ ਇਹ ਬੰਦੇ ਆ ਸਕਦੇ? ਨਹੀਂ ਜੀ, ਨਹੀਂ, ਆਲ ਪੰਜਾਬ ਵਿੱਚੋਂ ਕਿਤੋਂ ਮਰਜ਼ੀ ਆ ਸਕਦੇ ਜੀ। ਕਿੱਥੋਂ ਕਿੱਥੋਂ ਤੱਕ ਦੇ ਬੰਦੇ ਆਏ ਜਿਹੜੇ? ਸਾਡੇ ਕੋਲੋਂ ਪਟਿਆਲਾ ਜੀ, ਜਲੰਧਰ, ਆਪਣਾ ਫਾਜ਼ਿਲਕਾ, ਅਬੋਹਰ, ਬਹੁਤ ਦੂਰ ਦੂਰ ਤੱਕ ਬੰਦੇ ਮਤਲਬ ਸਾਡੇ ਕੋਲ ਪਹੁੰਚੇ ਹੋਏ। ਅਤੇ ਜਿਹੜਾ ਸਰ ਅਗਰ ਪਹਿਲਾਂ ਜਿਹੜੇ ਬੇਲਦਾਰ ਕੰਮ ਕਰ ਰਹੇ ਆ, ਇਹ ਜਿਹੜੀਆਂ 48 ਪੋਸਟਾਂ, ਉਹਨਾਂ 32 ਬੇਲਦਾਰਾਂ ਨੂੰ ਕੱਢ ਕੇ ਜਾਂ ਉਹਨਾਂ ਦੇ ਸਨੇ? ਨਹੀਂ, ਸਮੇਤ ਉਹਨਾਂ ਦੇ ਜੀ, ਟੋਟਲ 48 ਪੋਸਟਾਂ ਜੀ। ਅਤੇ ਫਿਰ ਉਹਨਾਂ ਦਾ ਕੀ ਕੀਤਾ ਜਾਏਗਾ ਜਿਹੜੇ ਬੇਲਦਾਰ ਆਲਰੇਡੀ ਕੰਮ ਕਰ ਰਹੇ ਨੇ? ਉਹਨਾਂ ਦਾ ਤਾਂ ਦੇਖੋ ਜੀ, ਜਿੰਨਾ ਚਿਰ ਕੰਮ ਕਰ ਰਹੇ, ਜੇ ਸਾਡੀ ਪੱਕੀ ਭਰਤੀ ਹੋ ਜਾਂਦੀ ਹੈ ਜੀ, ਫਿਰ ਤਾਂ ਉਹ ਵਿੱਚ ਹੀ ਆਉਣਗੇ ਜੀ।
ਅਤੇ ਜੇਕਰ ਕੋਈ ਮਤਲਬ ਆਪਣਾ ਉਹਨਾਂ ਉਹ ਤਾਂ ਕੰਮ ਕਰ ਹੀ ਰਹੇ ਆ, ਜੇ ਉਹਨਾਂ ਦਾ ਜੇ ਨੰਬਰ ਆਉਣਗੇ ਜੀ ਤਾਂ ਉਹਨਾਂ ਨੂੰ ਵੀ ਰੱਖ ਲਿਆ ਜਾਊਗਾ। ਕਿੰਨੀ ਤਨਖਾਹ ਕਿੰਨੀ ਹੈ ਜੀ ਬੇਲਦਾਰ ਦੀ? ਇਹਦੀ ਆਪਣਾ ਪੰਜਾਬ ਸਰਕਾਰ ਦੇ ਰੂਲ ਅਨੁਸਾਰ ਆ ਜੀ, ਮੁੱਢਲੀ ਤਨਖਾਹ 20,000 ਰੁਪਏ ਦੀ, 18,000 ਰੁਪਏ ਦੀ ਬਣਦੀ ਜੀ। ਇਹਨਾਂ ਦਾ ਬੇਲਦਾਰ ਦਾ ਕੰਮ ਹੁੰਦਾ ਜੀ, ਸੜਕਾਂ ਉੱਪਰ ਕੋਈ ਸਾਡੀ ਵਾਟਰਫਲਾਈ ਲੀਕੇਜ ਹੋ ਜਾਂਦੀ ਹੈ ਜੀ, ਕੋਈ ਸੀਵਰੇਜ ਡੈਮੇਜ ਹੋ ਜਾਂਦਾ ਜੀ, ਉਹਦੇ ਵਿੱਚ ਟੋਏ ਵਗੈਰਾ ਮਾਰ ਕੇ ਉਹਨਾਂ ਨੂੰ ਉਹਦੀ ਰਿਪੇਅਰ ਕਰਨ ਵਾਸਤੇ ਹੁੰਦਾ ਜੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਇਹ ਲੰਬੀਆਂ ਲੰਬੀਆਂ ਕਤਾਰਾਂ ਉਹਨਾਂ ਨੌਜਵਾਨਾਂ ਦੀਆਂ, ਲੜਕੇ ਲੜਕੀਆਂ ਦੀਆਂ, ਜਿਹੜੀਆਂ ਅੱਜ ਇੱਥੇ ਬੇਲਦਾਰ ਦੀ ਨੌਕਰੀ ਅਪਲਾਈ ਕਰਨ ਆਏ ਨੇ, ਕਿਉਂਕਿ ਬੇਲਦਾਰ ਦੀ ਨੌਕਰੀ ਜ਼ਿਆਦਾਤਰ ਜਿਹੜੇ ਸਟੂਡੈਂਟ ਆਏ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਬੇਲਦਾਰ ਦੀ ਨੌਕਰੀ ਕੀ ਹੈਗੀ ਹੈ, ਲੇਕਿਨ ਇਹ ਹੈ ਕਿ ਸਰਕਾਰੀ ਨੌਕਰੀ ਅਗਰ ਮਿਲ ਗਈ ਤਾਂ ਸ਼ਾਇਦ ਸਾਡੇ ਘਰ ਦਾ ਜਿਹੜਾ ਖਰਚਾ ਪਾਣੀ ਚੱਲਣਾ ਸ਼ੁਰੂ ਹੋ ਜਾਏਗਾ, ਸਾਡਾ ਘਰ ਦਾ ਕੰਮ ਵੀ ਸਵਰ ਜਾਏਗਾ। ਇਹ ਉਹ ਲੋਕ ਨੇ ਜਿਹੜੇ ਬੇਲਦਾਰ ਦੀ ਨੌਕਰੀ ਵਾਸਤੇ ਇੱਥੇ ਪਹੁੰਚੇ ਨੇ। ਹਾਲਾਂਕਿ ਇਹ ਵੀ ਦੱਸਿਆ ਗਿਆ ਹੈ ਕਿ ਮੋਗਾ ਨਗਰ ਨਿਗਮ ਦੇ ਵਿੱਚ ਆਲਰੇਡੀ 32 ਬੇਲਦਾਰ ਪਹਿਲਾਂ ਕੱਚੇ ਤੌਰ 'ਤੇ ਕੰਮ ਕਰਦੇ ਨੇ, ਪਹਿਲ ਉਹਨਾਂ ਨੂੰ ਵੀ ਦਿੱਤੀ ਜਾਏਗੀ, ਔਰ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਐਕਸਪੀਰੀਅੰਸ ਹੋਏਗਾ ਪਹਿਲਾਂ ਉਹਨਾਂ ਨੂੰ ਵੀ ਪਹਿਲ ਦੇ ਦੌਰ 'ਤੇ ਮੈਰਿਟ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਏਗੀ। ਦੀਪਕ ਸਿੰਗਲਾ, ਨਿਊਜ਼ 18 ਮੋਗਾ।